ਬੱਚਾ ਜਦੋਂ ਘਰੋਂ ਚਲ ਗਿਆ ਤਾਂ ਸਾਨੂੰ ਇੱਦਾਂ ਲੱਗਾ ਕਿਤੇ ਪਿੰਡ ਪੁੰਡ ਵਿੱਚ ਹੀ ਹੋਣਾ, ਕਿਸੇ ਦੇ ਘਰ ਹੋਣਾ, ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ। ਲੇਕਿਨ ਸਾਰੀ ਰਾਤ ਬੀਤ ਗਈ, ਸਾਰੀ ਰਾਤ ਲੱਗਦੇ ਰਹੇ, ਸਾਰੀ ਰਾਤ ਨਹੀਂ ਵਰਤੇ ਘਰ ਨੂੰ। ਸਾਢੇ 3 ਵਜੇ ਤੁਰ ਪਏ ਰਾਤ ਦੇ, 8 ਵਜੇ ਪਹੁੰਚ ਗਏ, ਲੇਕਿਨ ਸਾਰੀ ਜਾਂਚ ਪੜਤਾਲ ਕੀਤੀ, ਕਿਤੇ ਨਹੀਂ ਬੱਚਾ ਮਿਲਿਆ। ਘਰੋਂ ਟਿਊਸ਼ਨ ਤੇ ਗਿਆ ਬੱਚਾ ਲਾਪਤਾ ਹੋ ਗਿਆ। ਹਾਲੇ ਤੱਕ ਉਸ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗਿਆ। 14 ਤਰੀਕ ਨੂੰ ਲਾਪਤਾ ਹੋਇਆ, ਘਰੋਂ ਟਿਊਸ਼ਨ ਤੇ ਪੜਨ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ। ਫਿਕਰਾਂ ਦੇ ਵਿੱਚ ਪਰਿਵਾਰ ਡੁੱਬਿਆ ਹੋਇਆ, ਮਾਂ ਦੇ ਹੰਝੂ ਦੇਖੇ ਨਹੀਂ ਜਾ ਰਹੇ। ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦਾ ਇਹ ਬੱਚਾ ਹੈ। ਥਾਣਾ ਧਾਰੀਵਾਲ ਦੀ ਪੁਲਿਸ ਨੇ ਪੂਰੇ ਪਿੰਡ ਦੇ CCTV ਕੈਮਰੇ ਖੁੰਘਾਲ ਲਏ ਨੇ, ਜਿਸ ਦੇ ਵਿੱਚ ਇਹ ਬੱਚਾ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦਾ ਹੋਇਆ ਨਜ਼ਰ ਆਇਆ। ਸ਼ਹਿਰ ਵਾਲੇ ਪਾਸੇ ਵੀ ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਸ ਬੱਚੇ ਦਾ ਪਤਾ ਲੱਗ ਸਕੇ। ਤਾਂ ਮਾਪਿਆਂ ਦੇ ਵੱਲੋਂ ਵੀ ਲੋਕਾਂ ਨੂੰ ਗੁਹਾਰ ਲਗਾਈ ਗਈ ਕਿ ਜਿੱਥੇ ਵੀ ਇਹ ਮਾਸੂਮ ਬੱਚਾ ਦਿਸਦਾ ਉਹਨਾਂ ਦੇ ਮਾਪਿਆਂ ਦੇ ਨਾਲ ਸੰਪਰਕ ਕੀਤਾ ਜਾਵੇ। ਜਦੋਂ ਮਾਂ ਪਿਓ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅਸੀਂ ਲੁਧਿਆਣੇ ਰਹਿੰਦੇ ਹਾਂ ਤੇ ਇਹ ਬੱਚਾ ਆਪਣੇ ਦਾਦੇ ਦੇ ਕੋਲ ਰਹਿੰਦਾ ਸੀ, ਪਿੰਡ ਦੇ ਹੀ ਸਕੂਲ ਦੇ ਵਿੱਚ ਪੜ੍ਹਦਾ ਸੀ। ਬੱਚੇ ਦੀ ਮਾਤਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਰੋ ਰੋ ਕੇ ਬੁਰਾ ਹਾਲ ਹੈ। ਇੱਕੋ ਹੀ ਇੱਕ ਮੰਗ ਹੈ ਕਿ ਉਹਨਾਂ ਦੇ ਬੱਚੇ ਦਾ ਟਿਕਾਣਾ ਪਤਾ ਕੀਤਾ ਜਾਵੇ ਔਰ ਬੱਚਾ ਉਹਨਾਂ ਦੇ ਹਵਾਲੇ ਕੀਤਾ ਜਾਵੇ। 11 ਸਾਲ ਦਾ ਇਹ ਬੱਚਾ ਸੀ ਜੋ ਘਰੋਂ ਟਿਊਸ਼ਨ ਤੇ ਗਿਆ ਸੀ ਔਰ ਅਚਾਨਕ ਲਾਪਤਾ ਹੋ ਗਿਆ। 14 ਤਰੀਕ ਦੀ ਗੱਲ ਹੈ, 15 ਤਰੀਕ ਨੂੰ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਸ ਬੱਚੇ ਦਾ ਥੋ ਪਤਾ ਲੱਗ ਸਕੇ। ਬੱਚਾ ਜਦੋਂ ਘਰੋਂ ਚਲ ਗਿਆ ਤਾਂ ਸਾਨੂੰ ਇੱਦਾਂ ਲੱਗਾ ਕਿਤੇ ਪਿੰਡ ਪੁੰਡ ਵਿੱਚ ਹੀ ਹੋਣਾ, ਕਿਸੇ ਦੇ ਘਰ ਹੋਣਾ, ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ। ਲੇਕਿਨ ਸਾਰੀ ਰਾਤ ਬੀਤ ਗਈ, ਸਾਰੀ ਰਾਤ ਲੱਗਦੇ ਰਹੇ, ਸਾਰੀ ਰਾਤ ਨਹੀਂ ਵਰਤੇ ਘਰ ਨੂੰ। ਫਿਰ ਅਗਲੇ ਦਿਨ ਸਵੇਰ ਵੀ ਅਸੀਂ ਸਵੇਰ ਨੂੰ ਪਹੁੰਚ ਗਏ, 3:30 ਵਜੇ ਤੁਰ ਪਏ ਰਾਤ ਦੇ, 8 ਵਜੇ ਪਹੁੰਚ ਗਏ, ਲੇਕਿਨ ਸਾਰੀ ਜਾਂਚ ਪੜਤਾਲ ਕੀਤੀ, ਕਿਤੇ ਨਹੀਂ ਬੱਚਾ ਮਿਲਿਆ। ਜਦੋਂ ਕਿਤੇ ਵੀ ਬੱਚਾ ਦਿਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ, ਮੇਰੀ ਮਾਤਾਵਾਂ ਨੂੰ, ਕਿਰਪਾ ਕਰਕੇ ਬੱਚੇ ਨੂੰ ਥਾਣੇ ਦੇ ਹਵਾਲੇ ਕਰ ਦਿੰਦਾ। ਹੈਲੋ, ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਪੜ੍ਹਨ ਗਿਆ ਪਰ ਵਾਪਸ ਨਹੀਂ ਪਰਤਿਆ ਹੈਗਾ, ਤੇ ਮਤਲਬ ਵੀ ਇੱਥੋਂ ਗਲੀ 'ਚ ਦੇਖਿਆ ਵਾ, ਕੈਮਰੇ 'ਚ ਚੈੱਕ ਕੀਤਾ ਵਾ, ਗਲੀ 'ਚ ਜਾਂਦਾ ਵੇਖਿਆ, ਅੱਗੇ ਜਾਪੂ ਵੱਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ, ਅੱਗੋਂ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ। ਮੈਂ ਲੁਧਿਆਣੇ ਗੱਡੀ ਚਲਾਉਂਦਾ ਵਾਂ, ਡਰਾਈਵਰੀ ਦਾ ਕੰਮ ਕਰਦਾ, ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਬੱਚਾ ਕਿਸੇ ਮਿਲ ਜਾਂਦਾ ਕਿਤੇ ਧਰਮ ਸਥਾਨ 'ਤੇ, ਕਿਤੇ ਵੀ ਕਿਤੇ ਚਰਚ 'ਚ, ਗੁਰਦੁਆਰੇ, ਮੰਦਰ 'ਤੇ, ਕਿਤੇ ਬੱਸ ਸਟੈਂਡ 'ਤੇ, ਰੇਲਵੇ ਸਟੇਸ਼ਨ 'ਤੇ ਕਿਸੇ ਨੂੰ ਦਿਖਾਈ ਦਿੰਦਾ, ਤਾਂ ਕਿਰਪਾ ਕਰਕੇ ਸਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ। ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰ ਦਿਓ, ਕਿਉਂਕਿ ਮੇਰਾ ਭੈਣ ਭਰਾ ਹੀ ਬਹੁਤ ਦੁਖੀ ਆ ਅਤੇ ਪਰੇਸ਼ਾਨ ਆ ਜੀ।
ਸਾਨੂੰ ਸੋਝ ਨਹੀਂ ਆਇਆ ਵੀ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ, ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਵੀ ਘਰੋਂ ਨਹੀਂ ਸੀ ਕਦੀ ਗਿਆ ਬਾਹਰ। 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ। ਘਰਦਿਆਂ ਨੂੰ 7-8 ਵਜੇ ਪਤਾ ਲੱਗਾ ਸ਼ਾਮ ਨੂੰ। ਮੈਂ ਉਸ ਟਾਈਮ ਲੁਧਿਆਣੇ ਸੀ। ਉਹ ਜਦੋਂ ਅਸੀਂ ਡਿਊਟੀ ਤੋਂ ਮਤਲਬ ਛੁੱਟੀ ਕਰਕੇ ਆਈਦਾ 7:15 ਵਜੇ ਫੋਨ ਆਇਆ। ਹਾਂਜੀ, ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ, 3 ਵਜੇ ਘਰੋਂ ਨਿਕਲਿਆ, ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਅਤੇ ਅਸੀਂ 3 ਵਜੇ ਘਰੋਂ ਚੱਲ ਪਿਆ ਅਤੇ 8:30 ਵਜੇ ਪਿੰਡ ਅਸੀਂ ਪਹੁੰਚ ਗਏ 15 ਤਰੀਕ ਨੂੰ। ਹਾਂਜੀ ਹਾਂਜੀ, ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਹੀ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦਾ ਬੜੇ ਸਹਿਯੋਗ ਦੇ ਨਾਲ ਭੈਣ ਭਰਾਵਾਂ ਦੇ ਨਾਲ ਸਾਰੀ ਰਾਤ ਲੱਭਦੇ ਰਹੇ ਆ, ਜਦੋਂ ਨਹੀਂ ਲੱਭਾ ਤਾਂ ਅਸੀਂ ਫਿਰ 11 ਵਜੇ ਅਗਲੇ ਦਿਨ ਲਾਗੇ ਲਾਗੇ ਸਾਰੇ ਗੁਰਦੁਆਰੇ ਮੰਦਰ ਦੇਖ ਲਏ, ਕਿਤੇ ਨਹੀਂ ਦਿਖਾਈ ਦਿੱਤਾ ਅਤੇ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਹੈ। ਪੁਲਿਸ ਵਾਲੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ, ਵੀ ਸਾਡਾ ਬਹੁਤ ਸਾਥ ਦੇ ਰਹੇ, ਅਗਲੇ ਰਾਤ ਦੇ 9-10 ਵਜੇ ਤੱਕ ਇੱਥੇ ਰਹਿੰਦੇ ਨੇ, ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਵਾ, ਚੈੱਕ ਕਰ ਰਹੀਆਂ, ਪੁੱਛ ਗਿੱਛ ਪਿੰਡ 'ਚ ਵੀ ਪੁੱਛ ਪੜਤਾਲ ਹੋ ਰਹੀ ਆ, ਗੁਰਦੁਆਰੇ ਮੰਦਰ ਸਭ ਕੁਝ ਮਤਲਬ ਵੀ ਛਾਣਬੀਨ ਕਰ ਰਿਹਾ। ਪੁਲਿਸ ਵਾਲਿਆਂ ਨੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ, ਉਹਨਾਂ ਦਾ ਦੇਣ ਨਹੀਂ ਦੇ ਸਕਦੇ, ਉਹਨਾਂ ਦੇ ਅੱਗੇ ਵੀ ਹੱਥ ਜੋੜਦੇ ਹਾਂ ਵੀ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਭ ਕੇ ਸਾਡੇ ਹਵਾਲੇ ਕਰ ਦਿਉ, ਬਹੁਤ ਸਾਡੀ ਮਦਦ ਕਰ ਰਿਹਾ, ਪ੍ਰਸ਼ਾਸਨ ਵੀ ਬਹੁਤ ਮਦਦ ਕਰ ਰਿਹਾ ਇਸ ਟਾਈਮ। ਨਹੀਂ, ਉਹ ਪੜ੍ਹਨ ਲਿਖਣ ਸੇ ਬਹੁਤ ਹੁਸ਼ਿਆਰ ਸੀ, ਉਹ 7ਵੀਂ ਕਲਾਸ 'ਚ ਪੜ੍ਹਦਾ ਸੀ। ਹਾਂਜੀ, ਸਾਨੂੰ ਥੋੜ੍ਹਾ ਕੁ ਖਿਆਲ ਆ ਵੀ ਮਤਲਬ ਵੀ ਉਹਨੂੰ 2-3 ਵਾਰੀ ਸਾਡੇ ਨਾਲ ਆਇਆ ਗਿਆ ਵਾ, ਬੱਸ ਦਾ ਪਤਾ ਇੱਧਰ ਨੂੰ ਜਾਂਦਾ, ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ, ਕੰਪਨੀ 'ਚ ਵੀ ਫੋਨ ਕੀਤਾ, ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਉਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ। ਉਹਨਾਂ ਦਾ ਵੀ ਰੋਜ਼ ਕੰਪਨੀ 'ਚੋਂ ਵੀ ਫੋਨ ਆਈ ਜਾ ਰਿਹਾ, ਬਹੂ ਦਾ ਵੀ ਆਈ ਜਾ ਰਿਹਾ, ਬਾਕੀ ਮਾਸਟਰਾਂ ਦਾ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਤੁਹਾਡਾ ਇੱਥੇ ਨਹੀਂ ਆਇਆ ਹੈਗਾ। ਉਹ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ, ਮਕਾਨ ਮਾਲਕ ਹੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗੇ ਅਸੀਂ ਤੁਰੰਤ ਤੁਹਾਨੂੰ ਫੋਨ ਕਰ ਦਾਂਗੇ। ਬੱਚੇ ਦੀ ਉਮਰ ਕਿੰਨੀ ਹੈ? ਬੱਚੇ ਦੀ ਉਮਰ 11 ਸਾਲ ਜੀ। 11 ਸਾਲ? ਹਾਂਜੀ। ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖ ਰਹੀ ਹੈ, ਇਹਨਾਂ ਨੂੰ ਕੀ ਮੈਸੇਜ ਕਹਿਣਾ ਚਾਹੋਗੇ? ਜਨਤਾ ਨੂੰ ਇਹੋ ਮੈਸੇਜ ਦਿੰਦੇ ਹਾਂ ਕਿ ਇਹ ਭੈਣ ਭਰਾ ਨੂੰ ਕਿਤੇ, ਮੈਂ ਵੀ ਡਰਾਈਵਰ ਭਰਾ ਵਾਂ, ਜੇ ਕਿਸੇ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤਾਂ ਚਲੋ ਸਾਡਾ ਬੱਚਾ ਉਹਨੂੰ ਵਾਪਸ ਕੀਤਾ ਜਾਵੇ, ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਚਲੋ ਅਸੀਂ ਕਹਿੰਦੇ ਸਾਡਾ ਬੱਚਾ ਸਾਡੇ ਵਾਪਸ ਆ ਜਾਵੇ। ਹਾਂ, ਥੈਂਕ ਯੂ ਜੀ। ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਘਰੋਂ ਗਿਆ, 15 ਤਰੀਕ ਨੂੰ ਇਹਨਾਂ ਨੇ ਮੈਨੂੰ ਇੰਟੀਮੇਸ਼ਨ ਦਿੱਤੀ 3-3:30 ਵਜੇ ਦੇ ਨਾਲ, ਅਸੀਂ ਫਿਰ ਇੱਥੇ ਫੌਰਨ ਪਹੁੰਚੇ। ਅਸੀਂ ਇਹਨਾਂ ਦੇ ਆਲੇ ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ। ਆਪਾਂ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ, ਸਾਰੀਆਂ ਸਰਾਵਾਂ ਢਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਹਾਂ, ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਵੀ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ, ਕਿਉਂਕਿ ਉਹ ਬੱਚੇ ਕੋਲ ਥੋੜ੍ਹੇ ਜਿਹੇ ਪੈਸੇ ਹੀ ਆ, 500 ਰੁਪਈਆ। ਪਹਿਲਾਂ ਇਹਨੇ ਉੱਥੇ ਜਾ ਕੇ ਬਰਗਰ ਖਾਧਾ ਰੇਹੜੀ ਵਾਲੇ ਕੋਲੋਂ, ਫਿਰ ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਹੋ ਗਿਆ, ਪਰ ਅਸੀਂ ਭਾਲ ਕਰ ਰਹੇ ਹਾਂ, ਸਾਡੀਆਂ ਵੱਖ ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਅਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਬਰਾਮਦ ਕਰਾਂਗੇ। ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ,
ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਹਿਚਾਣ ਸੀ ਇਹਦੀ ਤਾਂ ਉਹਨੇ ਸਾਨੂੰ ਅਸੀਂ ਉਹਨਾਂ ਨੂੰ ਕਿਉਂਕਿ ਵੱਖ ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀਆਂ ਦੀਪਕ ਦੀਆਂ ਦਿਖਾ ਰਹੇ ਹਾਂ ਅਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਦੱਸਿਆ ਜਾ ਰਿਹਾ ਕਿ ਜਦੋਂ ਗੁਰਦਾਸ ਨਗਰ ਤੋਂ ਚੱਲ ਕੇ ਗਿਆ ਅਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਉੱਤੇ ਬੈਠ ਕੇ ਗਿਆ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ ਤਾਰਤਾ ਅਸੀਂ ਉਹ ਕੈਮਰੇ ਚ ਦੇਖਿਆ ਉਹਨਾਂ ਨੂੰ ਉੱਥੋਂ ਤਾਰਤਾ ਉਹਨਾਂ ਨੇ ਕੈਮਰੇ ਵਾਲੇ ਅਸੀਂ ਉਹਨਾਂ ਨੂੰ ਵੀ ਇੰਟੀਮੇਸ਼ਨ ਦਿੱਤੀ ਹੋਈ ਆ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਲੁਧਿਆਣਾ ਦੇ ਵਿੱਚ ਰਹਿੰਦੇ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਦ ਉਹਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਘਰ ਨਹੀਂ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ 3 ਮੈਂਬਰ ਹੀ ਘਰ 'ਚ ਰਹਿ ਰਹੇ ਸੀਗੇ ਮੈਮ ਜਿਵੇਂ ਕਿ ਇੱਕ ਹਾਈਲੈਂਡ ਦੇ ਵਿੱਚ ਜਿਹੜਾ ਆ ਲੁਧਿਆਣਾ ਪੁਲਿਸ ਨੂੰ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਵੀ ਜੇ ਉਹ ਬਾਈ ਦੀ ਵੀ ਆਉਂਦਾ ਤੇ ਸਾਨੂੰ ਉਸੇ ਵੇਲੇ ਇੰਟੀਮੇਸ਼ਨ ਦੇਣ ਉਹ ਤੇ ਮੈਮ ਹੁਣ ਜਿਹੜੀ ਧਾਰੀਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਅਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਹਾਂ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਛਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ 'ਤੇ ਹੋਰਨਾਂ 'ਤੇ ਜਿਹੜੇ ਅਸੀਂ ਉਹ ਲਾ ਰਹੇ ਹਾਂ।